विवाद गल्लां इस करके करता रहिंदा उहदा ना तां कोई दीन है ना धर्म है। आपे बना बना चिट्ठियां पाओ, कोई कहिंदा मैनूं पाकिस्तान तों धमकी आ गई, कोई कहिंदा इत्थे मैनूं बब्बरां ने धमकी देती। भाई सिखां नूं सिखां दा जिहड़ा पंगा लऊगा ਉਹ ਤਾਂ ਫਿਰ ਤੁਹਾਨੂੰ ਪਤਾ ਹੀ ਆ ਉਹਦਾ ਹਾਲ ਕੀ ਹੁੰਦਾ ਹੁੰਦਾ। ਉਹ ਸੂਰ ਤੈਨੂੰ ਸੂਰੀ ਪਤਾ ਨਹੀਂ ਕਿਵੇਂ ਕਹਿੰਦੇ ਨੇ ਤੂੰ ਸੂਰ, ਵਾਕਿਆ ਸੂਰ ਸਾਬਤ ਹੋਇਆ। ਕਦੇ ਆਪਣੇ ਪੁਰਖਿਆਂ ਨੂੰ ਪੁੱਛੀ ਕਿ ਤੁਹਾਡੀਆਂ ਧੀਆਂ ਭੈਣਾਂ ਲੰਮੇ ਅਰਸੇ ਤੋਂ ਜਦੋਂ ਤੁਸੀਂ ਤੁਹਾਡੇ ਪੁਰਖੇ ਗਲਾਂ 'ਚ ਪੱਲੂ ਪਾ ਕੇ ਸਾਡੇ ਗੁਰੂ ਦੇ ਅੱਗੇ ਖੜੇ ਆ ਕੇ ਮਿਹਨਤ ਕੀਤੀ ਕਿ ਹੁਣ ਤਾਂ ਮੁਸਲਮਾਨ ਸਾਡੀਆਂ ਧੀਆਂ ਭੈਣਾਂ ਨੂੰ ਜਾਬਰੀ ਲਿਜਾ ਰਹੇ ਨੇ, ਧੱਕੇ ਨਾਲ ਸਾਡੇ ਡੋਲੇ ਖੋਹੇ ਜਾ ਰਹੇ ਨੇ। ਇਹ ਉਹੀ ਖਾਲਸਾ ਹੈ, ਉਹੀ ਖਾਲਸੇ ਨੇ ਜਿਨ੍ਹਾਂ ਨੇ ਧੀਆਂ ਭੈਣਾਂ ਨੂੰ ਆਪਣੀਆਂ ਭੈਣਾਂ ਬਣਾ ਕੇ ਸੁਰੱਖਿਅਤ ਲੈ ਕੇ ਆਏ। ਤੁਹਾਨੂੰ ਲੱਗਦਾ ਕੋਈ ਰਾਜਨੀਤਿਕ ਸਹਿ ਵੀ ਰਾਜਨੀਤਿਕ ਸਹਿ ਹੁੰਦੀ ਹੈ ਪਿੱਛੇ ਜੋ ਵੀ ਬੋਲਦਾ ਬੰਦਾ? ਜੇ ਰਾਜਨੀਤਿਕ ਸਹਿ ਨਾ ਹੋਵੇ ਫਿਰ ਸਿਕਿਉਰਿਟੀ ਕਿੱਥੋਂ ਮਿਲ ਗਈ, ਗੱਲਮੈਨ ਕਿੱਥੋਂ ਆ ਗਏ? ਸਿਕਿਉਰਿਟੀ ਤਾਂ ਚਲੋ ਸਰਕਾਰ ਨੂੰ ਦੇਣੀ ਪੈਂਦੀ ਹੈ ਜਦੋਂ ਅਗਲਾ ਕਹਿੰਦਾ ਵੀ ਮੇਰੀ ਜਾਨ ਨੂੰ ਖਤਰਾ, ਫਿਰ ਕਿਤੇ ਨਾ ਕਿਤੇ ਸਰਕਾਰ ਤਾਂ ਉੱਥੇ ਸਹੀ ਆ। ਸਿਕਿਉਰਿਟੀ ਜਾਨ ਨੂੰ ਖਤਰਾ ਕਾਹਦਾ ਜੀ, ਕਿਹੜੇ ਬਾਰਡਰ ਤੇ ਲੜਦੇ ਨੇ ਇਹ? ਕਿ ਇਹ ਠੇਕਾ ਲੈ ਲਿਆ ਉਹਨਾਂ ਨੇ ਵੀ ਸਿਕਿਉਰਿਟੀ ਲੈ ਕੇ ਵੀ ਸਿੱਖਾਂ ਤੇ ਹਮਲਾ ਕਰਨਾ ਹੈ, ਮੁਸਲਮਾਨਾਂ ਤੇ ਹਮਲਾ ਕਰਨਾ ਹੈ। ਕਦੇ ਉਹਨਾਂ ਦੀਆਂ ਧੀਆਂ ਭੈਣਾਂ ਨੂੰ ਬੋਲਦੇ ਨੇ, ਹੁਣ ਮੂੰਹ ਪਾਇਆ ਪਿਆ ਕਹਾ ਸਿੱਖਾਂ ਵੱਲੋਂ ਆ ਗਏ ਇਹ, ਕਿਵੇਂ ਦੇਸ਼ ਨੂੰ ਇਕੱਠਾ ਰਹਿਣ ਦੇਣਗੇ? ਪੰਜਾਬੀ ਲੋਕ ਚੈਨਲ ਦੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਅੱਜ ਅਸੀਂ ਖੜੇ ਹਾਂ ਨਾਭਾ ਦੇ ਡੇਰਾ ਬਾਬਾ ਅਜਾਪਾਲ ਘੋੜਿਆਂ ਵਾਲਾ ਗੁਰਦੁਆਰਾ ਸਾਹਿਬ ਵਿਖੇ। ਅੱਜ ਗੱਲ ਕਰਾਂਗੇ ਸ਼ਿਵ ਸੈਨਾ ਟਕਸਾਲੀ ਦੇ ਪ੍ਰਧਾਨ ਸੁਧੀਰ ਸੂਰੀ ਦੀ, ਜਿਨ੍ਹਾਂ ਦੀ ਗ੍ਰਿਫਤਾਰੀ ਹੋ ਚੁੱਕੀ ਆ। ਵਿਵਾਦਿਤ ਬਿਆਨ ਉਹਨਾਂ ਨੇ ਦਿੱਤਾ ਸੋਸ਼ਲ ਮੀਡੀਆ 'ਤੇ, ਜੋ ਵੀ ਭੱਦੀ ਸ਼ਬਦਾਵਲੀ ਵਰਤੀ ਉਹਦੇ ਸੰਬੰਧ 'ਚ ਗੱਲ ਕਰਦਿਆਂ ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੋਲੀ ਨਾਲ। ਸਹੋਲੀ ਸਾਹਿਬ ਸਵਾਗਤ ਆ ਤੁਹਾਡਾ ਪੰਜਾਬੀ ਲੋਕ ਚੈਨਲ 'ਤੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਲੋਕ ਚੈਨਲ ਜਿਹੜਾ ਕਿ ਉੱਭਰਦਾ ਹੋਇਆ ਹਰਮਨ ਪਿਆਰਾ ਚੈਨਲ ਹੈ ਸਾਡੇ ਪੰਜਾਬੀ ਭਾਈਚਾਰੇ ਦਾ, ਉਹਨਾਂ ਵੱਲੋਂ ਅੱਜ ਦਾਸ ਨਾਲ ਜੋ ਵਾਰਤਾਲਾਪ ਦੇ ਲਈ ਟਾਈਮ ਕੱਢਿਆ ਗਿਆ ਉਹਨਾਂ ਦਾ ਮੈਂ ਧੰਨਵਾਦ ਕਰਾਂ। ਜੀ ਤੇ ਸੁਧੀਰ ਸੂਰੀ ਦੀ ਅਰੈਸਟ ਹੋ ਗਈ, ਉਹਨਾਂ ਨੂੰ ਮਤਲਬ ਅਰੈਸਟ ਕੀਤਾ ਗਿਆ ਹੈ, ਇਸ ਸੰਬੰਧ 'ਚ ਕੀ ਕਹੋ? ਜਿਹੜਾ ਆਪੇ ਬਣਿਆ ਸ਼ਿਵ ਸੈਨਾ ਟਕਸਾਲੀ ਬਣਾ ਲਈ ਉਹਦਾ ਮੁਖੀ ਸੁਧੀਰ ਸੂਰੀ, ਉਹ ਲੰਮੇ ਅਰਸੇ ਤੋਂ ਸਿੱਖ ਕੌਮ ਸਿੱਖ ਪੰਥ ਨਾਲ ਵਿਵਾਦਿਤ ਗੱਲਾਂ ਇਸ ਕਰਕੇ ਕਰਦਾ ਰਹਿੰਦਾ, ਉਹਦਾ ਨਾ ਤਾਂ ਕੋਈ ਦੀਨ ਹੈ ਨਾ ਧਰਮ ਹੈ। ਜਿਹੜੇ ਲੋਕ ਆਪਣੇ ਧਰਮ 'ਚ ਕੱਟੜ ਹੋਣ, ਆਪਣੇ ਧਰਮ ਨੂੰ ਪੂਜਦੇ ਹੋਣ, ਉਹ ਇਹੋ ਜਿਹੀਆਂ ਗੱਲਾਂ ਨਹੀਂ ਕਰਦੇ ਹੁੰਦੇ। ਧੀਆਂ ਭੈਣਾਂ ਸਾਰਿਆਂ ਦੀਆਂ ਬਰਾਬਰ ਹੁੰਦੀਆਂ ਨੇ। ਧੀਆਂ ਲੰਮਾ ਅਰਸਾ ਪਹਿਲਾਂ ਦੇਖੋ, ਕਲਗੀਧਰ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਹੁੰਦੇ ਤੋਂ ਲੈ ਕੇ ਜਿਹੜਾ ਸਿੱਖ ਧਰਮ ਹੈ ਇਹਦੇ 'ਚ ਵਿਲੱਖਣਤਾ ਇਸ ਕਰਕੇ ਹੀ ਹੈ ਕਿ ਇਹ ਸਰਬ ਸਾਂਝੀ ਬਾਲਤਾ ਦਾ ਸੁਨੇਹਾ ਦਿੰਦਾ। ਪਰ ਜਿਹੜੇ ਇਹੋ ਜਿਹੇ ਲੋਕ ਨੇ ਜਿਨ੍ਹਾਂ ਦਾ ਇੱਕ ਨਿਕਾਤੀ ਪ੍ਰੋਗਰਾਮ ਹੈ ਕਿ ਸਿੱਖ ਕੌਮ ਨੂੰ ਸਿੱਖਾਂ ਨੂੰ ਮੋਟੀਆਂ ਮੋਟੀਆਂ ਗਾਲਾਂ ਕੱਢੋ, ਅਤੇ ਸਮੇਂ ਦੀਆਂ ਸਰਕਾਰਾਂ ਤੋਂ ਜੇ ਕੋਈ ਮੂਹਰੋਂ ਲਲਕਾਰਾ ਮਾਰਦਾ ਇਹੋ ਜਿਹੇ ਗੰਦੇ ਲੋਕਾਂ ਨੂੰ ਤਾਂ ਆਪਣੀ ਸੁਰੱਖਿਆ ਟਾਈਟ ਕਰਨ ਦੇ ਲਈ ਆਪੇ ਬਣਾ ਬਣਾ ਚਿੱਠੀਆਂ ਪਾਓ। ਕੋਈ ਕਹਿੰਦਾ ਮੈਨੂੰ ਪਾਕਿਸਤਾਨ ਤੋਂ ਧਮਕੀ ਆ ਗਈ, ਕੋਈ ਕਹਿੰਦਾ ਇੱਥੇ ਮੈਨੂੰ ਬੱਬਰਾਂ ਨੇ ਧਮਕੀ ਦੇਤੀ। ਭਾਈ ਸਿੱਖਾਂ ਨੂੰ ਸਿੱਖਾਂ ਦਾ ਜਿਹੜਾ ਪੰਗਾ ਲਊਗਾ ਉਹ ਤਾਂ ਫਿਰ ਤੁਹਾਨੂੰ ਪਤਾ ਹੀ ਆ ਉਹਦਾ ਹਾਲ ਕੀ ਹੁੰਦਾ ਹੁੰਦਾ। ਅਸੀਂ ਕਹੀਏ ਨਾ ਕਹੀਏ, ਸੁਧੀਰ ਸੂਰੀ ਕਿਹੜਾ ਕੋਈ ਬਾਹਰ ਲੈ ਹਿੰਦੁਸਤਾਨ ਦਾ ਜੰਪਲ, ਉਹ ਤੋਂ ਵੀ ਅੱਗੇ ਪੰਜਾਬ ਦਾ ਜੰਪਲ, ਜਿਹੜਾ ਹੱਸਦਾ ਵੱਸਦਾ ਪੰਜਾਬ ਹੈ। ਇੱਥੇ ਇਹੋ ਜਿਹੀਆਂ ਵਿਵਾਦਿਤ ਗੱਲਾਂ ਕਰਨੀਆਂ ਕਰਦਾ ਵੀ ਉਹ ਇਨਸਾਨ ਹੈ ਜਿਹੜਾ ਪਹਿਲਾਂ ਆਪਣੇ ਘਰੇ ਕਦੇ ਝਾਤੀ ਮਾਰ ਕੇ ਦੇਖੇ ਕਿ ਸਾਡੇ ਤਾਂ ਗਏ ਨੇ ਉੱਥੇ ਜਾ ਕੇ ਵੀ। ਅੱਜ ਜਿਵੇਂ ਨੌਮਰਾਜ ਬਿਮਾਰੀ ਕਰੋਨਾ ਆਈ, ਉੱਥੇ ਖਾਲਸਿਆਂ ਨੇ ਦੁਨੀਆ 'ਚ ਮਨਾਤਾ ਕਿ ਬਾਬੇ ਨਾਨਕ ਦੇ 20 ਰੁਪਈਏ ਦੇ ਲੰਗਰ ਨਾਲ। ਉਹ ਸੂਰ ਤੈਨੂੰ ਸੂਰੀ ਪਤਾ ਨਹੀਂ ਕਿਵੇਂ ਕਹਿੰਦੇ ਨੇ ਤੂੰ ਸੂਰ, ਵਾਕਿਆ ਹੀ ਸੂਰ ਸਾਬਤ ਹੋਇਆ। ਤੂੰ ਇਹ ਤਾਂ ਸੋਚ ਲੈਂਦਾ ਕਿ ਉਹਨਾਂ ਦੀਆਂ ਧੀਆਂ ਭੈਣਾਂ ਦੀਆਂ ਗੱਲਾਂ ਬਣਾਉਣ ਤੋਂ ਪਹਿਲਾਂ ਕਦੇ ਆਪਣੇ ਪੁਰਖਿਆਂ ਨੂੰ ਪੁੱਛੀ ਕਿ ਤੁਹਾਡੀਆਂ ਧੀਆਂ ਭੈਣਾਂ ਲੰਮੇ ਅਰਸੇ ਤੋਂ ਜਦੋਂ ਤੁਸੀਂ ਤੁਹਾਡੇ ਪੁਰਖੇ ਗਲਾਂ 'ਚ ਪੱਲੂ ਪਾ ਕੇ ਸਾਡੇ ਗੁਰੂ ਦੇ ਅੱਗੇ ਖੜੇ ਆ ਕੇ ਮਿਹਨਤ ਕੀਤੀ ਕਿ ਹੁਣ ਤਾਂ ਮੁਸਲਮਾਨ ਸਾਡੀਆਂ ਧੀਆਂ ਭੈਣਾਂ ਨੂੰ ਜਾਬਰੀ ਲਿਜਾ ਰਹੇ ਨੇ, ਧੱਕੇ ਨਾਲ ਸਾਡੇ ਡੋਲੇ ਖੋਹੇ ਜਾ ਰਹੇ ਨੇ। ਇਹ ਉਹੀ ਖਾਲਸਾ ਹੈ, ਉਹੀ ਖਾਲਸੇ ਨੇ
जिन्हां ने धीआं भैणां नूं अपनियां भैणां बना के सुरक्षित लैके आए। हाले लम्मा अरसा नहीं लंघिया 84 च संत बाबा जरनैल सिंह खालसा भिंडरां वाले जिन्हां दी अज फोटो तो भी लोगों नूं डर लगता है, उन्हां दे हुंदे भी संतां नूं देखिया करो समय समय से किवें साडे हर धर्म के भरा चाहे हिंदू होण मुसलमान होण जिहदी किसी धी भैण नूं तंग किया जाता सी उह पल्लू अड के आउंदे संतां कोल गल करदे। संतां ने अपने सिंघां नूं इक्को कहना भी सिंघो जे खंडे बाटे दा अमृत छकिया है जो उत्थे ज्ञान मिलदा है कि असी धीआं भैणां नूं पराई धी नूं अपनी धी समझना भैण समझना वह समझ के जाओ इन्हां दीआं धीआं नूं सुरक्षित जो कहिंदियां ने वो पूरा करके इन्हां दे घरे छड के आओ। तुहानूं शर्म करनी चाहीदी है कि जिहड़े लोग हिंदुस्तान नूं कहिंदे ने असी टुटण नहीं देना बचाउणा है वह गल तो उपर बोल रहे ने। हिंदुस्तान नूं प्यार करिया जिहड़े बाबे नानक नूं मनदे ने उहनां लोकां ने, जे तुसीं उहनूं हिंदुस्तान नूं कट्ठा रखणा हुंदा तां इन्हां लोकां नूं तुसीं सुरक्षा कहिड़ी खुशी दिंदे हो? किहड़े बार्डर ते लड़दे ने लोक दसण इन्हां दी की प्राप्ति है? खालसिआं दीआं प्राप्तियां जदों वी किते किसे देश ते आफत आउंदी है खालसे दी चढ़दी कला दा बोलबाला दुनिया नूं पता लगदा है। इस करके मैं मोदी सरकार नूं निम्रता सहित बेनती करदा कि जिवें पंजाब दे मुख्यमंत्री कैप्टन अमरिंदर सिंह ने DGP नूं हदायत करके भी इहो जिहे गंदे बंदे नूं सूर नूं नत्थ पा के लै गए, देखो कित्थों फड़ के लै के आए ने। इसे तरह मोदी साहब तुसीं इन्हां लोकां दे नत्थ पाओ जिहड़े गंद पाउंदे ने। किसी धर्म के हुण इन्हां लोकां दा कोई धर्म नहीं हुंदा, इन्हां दा इक नकाती प्रोग्राम हुंदा है कि हसदे वसदे देश च अग्गां लाउणियां, इन्हां दे नत्थ पाउणा ही तुहाडा फर्ज है। जे नहीं पाओगे फिर खालसे जो करदे हुंदे ने कोई लुक पर लबेट नहीं। धीआं भैणां जे असीं थोड़ियां भी रक्षा कर सकते हैं फिर अपनियां नूं किवें कहालांगे? किते भी बर्दाश्त नहीं हो सकदा। सोहली साहब, एक तुहानूं नहीं लगदा भी सोशल मीडिया ते जो टकराव हुंदा धार्मिक टकराव चाहे हिंदू धर्म चाहे सिख धर्म भी सिख आगुआं नूं भी चाहीदा भी वह भी टकराव ना करिया करन, किसी नूं गलत ना बोलिया करन जे दुबारा वह टकराव करदे ने? जिहड़ा खालसे का बोलबल है जदों असी अज चाइना नाल अज लड़ाई होके हटी है उत्थे खालसिया ने जकारे छड के जिहड़ा जदों वीर रस च खालसे आउंदे ने ना सारे साऊ नहीं हो सकते शरीफ नहीं हो सकते, कई अणखी योधे जरनैल हुंदे ने जिहड़े जज्बाती हुंदे ने गुस्सा आउंदा है उन्हां नूं उन्हां अपने गुस्से च ना अपने गुस्से नूं संभालदे होए कई बारी इधरों भी इहो जिहियां गल्लां हो जांदियां ने पर इधर कंट्रोल हो जांदा उधर नाल सरकारां पिछे उदों खड़ियां दिसदियां ने लोकां नूं जनतक जदों उन्हां दे नाल AK-47 वाले असले वाले लोग खड़े हुंदे ने इहो जिहे गंदे लोकां नाल उदों सानूं लगदा कि जिहड़े देश लई असीं 90% कुर्बानियां कीतियां ने उत्थे सानूं बगानियां दी तरह रखिया जा। सोहली साहब जी, सुधीर सूरी की गिरफ्तारी हो चुकी है, किवें लैंदे हो तुसीं इह तों तां खुश हो? जिहड़ा इह सुधीर सूरी फड़िया गया, मैं पहला भी कहा मैं दोबारा रिपीट करदा, पंजाब दे मुख्यमंत्री कैप्टन अमरिंदर सिंह जी जिहड़े समय समय से कई बार साडे खिलाफ भी हो सकदा सख्त फैसले लैंदे होण पर इत्थे जाके उन्हां ने जिहड़ा सख्त फैसला लैके DGP नूं कहा कि इन्हें ये जवान इहदी बंद करन दे लई जिथे भी हैगा लभ के लिया के फौरी तौर पर बंद करो, इहदे नाल सानूं संतुष्टि हुई है। संतुष्टि नाल ये भी होगी इहे जे होर भी अनेक जिहड़े पैदा होए ने आपे बने, किसी ने कोई सेना ना रख लिया किसी ने कोई सेना रख लिया, रखण असीं स्वागत करांगे पर दूजे बन्ने जिहड़ा दूजे धर्मां ते कदे मुसलमानां ते अटैक कदे सिखां ते अटैक ये नहीं किसी भी कीमत 'च हुंदा हुंदा, किसी ने नहीं ये चीज़ां झलनिया हुंदियां। जिहड़े इहो जिहियां हरकतां करदे ने उहनां ते जिवें इहदे ते सख्ती करी आ इस तरह सख्ती कीती जावे ते आप महारे जिहड़े सरकार दी सिक्योरिटी लै के भी पुट्ठा सिद्धा बोलदे ने पुट्ठे सिद्धे कम करदे ने उहनां दे भी नत्थ पाई आ। तुहानूं लगदा कोई राजनीतिक सह भी राजनीतिक सह हुंदी आ पिछे जो भी बोलदा बंदा? जे राजनीतिक सह ना होवे फिर सिक्योरिटी कित्थों मिल गई? गनमैन कित्थों आ गए? इत्थे किन्ने लोग तुरे फिरदे ने जिहड़े आ के कहिंदे ने सानूं सुरक्षा दिओ जी असीं सेफ रहना, कोई सुनवाई भी नहीं करता, थाने तो अगे ही नहीं उहदी दरखास्त जांदी। इह बिना किते ना किते बैक ते कोई ना कोई गड़बड़ कर रहा हुंदा है, इस करके ये कम हुंदे ने। सिक्योरिटी तां चलो सरकार नूं देनी पैंदी है जदों अगला कहिंदा भी मेरी जान नूं खतरा, फिर किते ना किते सरकार तां उत्थे सही आ। सिक्योरिटी जान नूं खतरा कहदा जी, किहड़े बार्डर ते लड़दे ने इह? इक दूए नूं ना गालां कढ़न राम राम कहण कौण बोलदा? जिहड़े मर्जी मंदर च रहण, खुल्ला पिया सारा देश, कदे किसे ने रोकिया? असीं गुरू घरां च पाठ करदे आ, स्पीकरां च करदे आ, इह मंदरां च पाठ करदे ने, कदे कोई रोकदा? कि ये ठेका लै लिया इन्होंने भी सिक्योरिटी लैके भी सिखा ते हमला करना है, मुसलमाना ते हमला करना है,
कदे उन्हां दीआं धीआं भैणां नूं बोलदे ने, हुण मूंह पाया पिया गाहां सिखां वल नूं आ गए। ये किवें देश नूं कट्ठा रहण देणगे? इहदी जिम्मेवारी समें दीआं सरकारां दी आ, चाहे किसी स्टेट दी सरकार होवे। मैं एक गल होर तुहानूं कहनी चाहुंदा कि मध्य प्रदेश दी बीबी है ऊषा ठाकर, उत्थों दी मंत्री है, उन्हें की मजाक बनाया जी? उपर दी श्री साहब पाली, वह अमृत छक के उदों सानूं गुरु साहब का दित्ता ककार दिंदे ने, श्री साहब पा के वह की कह रहे ने, जदों किसी सिंह ने टोका ही बीबी तू लख मंत्री होवे तू श्री साहब नहीं पा सकती, कहिंदी मैं अपनी सुरक्षा लई पाई है। सुरक्षा लई हथियार हुंदे ने, वह तरसूल चक लवे। कलगी वाले दे बख्शिश साढ़े पंजा ककारा च एक ककार है, वह पसंदा है। ये उत्थों के मुख्यमंत्री उन्होंने वजीरी तो बर्खास्त करके वो भी धर्म का परचा दर्ज होना चाहिए। वैसे गिरफ्तारी हो चुकी है, हुण तुसीं की मंग करदे हो? की सिंह संप्रदावां मदद मतलब मंग करदियां ने कि होना चाहिए? हुण साडी बेनती है समय दीआं सरकारां ते कि जे साडे सिंघां ते जिहड़े थोड़े भी ने हसदे वसदे पंजाब दे घरां दे पुत ने, जे उहनां तों उहनां ते तुसीं टाड़ा ला ला के उहनां नूं 25-25 साल जेलां च रख सकदे हो। नाल असीं बार बार डेपूटेशन लै लै सरकारां नूं मिलते रहे हैं कि इन्हां ने सजावां पूरियां कर लिया, इन्हां नूं छड्ड दो। तुसीं कहा भी इह नहीं छड्डे जा सकते, तां फिर सूरी वर्गिआं ते उह टाड़ा क्यों नहीं लगदी जी? वह धारा क्यों नहीं लगती? हुण तां इक होर नां रखता इसे धारा इसे टाड़ा दा, कदे मूसा बन जांदा, कदे कुछ बन जांदा, तरह तरह के नाँ रखते हो, तां उहदे च बंद करो। तां कि जे इक दो इस ढंग इहो जिहे लोक कुत्ते मंद खत्ते हो कीते होण तां होरां नूं भी सबक सिखाया जा सकदा। सो ये सन परमजीत सिंह सोहली जिन्हां ने मंग कीती आ कि इन्हां ते सख्त कार्रवाई होनी चाहिए है, भद्दी शब्दावली वरतन ते सख्त कार्रवाई होवे तां कि आने वाले समय च कोई भद्दी शब्दावली वरतन की जरूरत ना करे। नाभा तो अमनदीप सिंह माझा, पंजाबी लोक।